ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਿਊ ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਦੇ ਰਹੇ ਐਮ ਐਸ ਡਬਲਿਊ ਸਟੱਡੀ ਫੋਰ ਜੋਬ, ਔਰ ਤੁਹਾਨੂੰ ਅਸੀਂ ਪਹਿਲਾਂ ਹੀ ਕਹਿ ਰਹੇ ਸੀ ਕਿ ਜਲਦੀ ਹੀ ਜਿਹੜੀ ਪੰਜਾਬ ਬਿਜਲੀ ਬੋਰਡ ਜਿਹੜਾ ਵਿਭਾਗ ਹੈਗਾ ਔਰ PSPCL ਦੇ ਵਿੱਚ ਜਿਹੜੀ ਵੈਕੈਂਸੀ ਆਊਟ ਹੋਈ ਸੀ 1798 ਵੈਕੈਂਸੀ, ਜਿਸਦੇ ਵਿੱਚ ਕਲਰਕ 1000 ਸੀ ਔਰ JE ਦੀ 500 ਭਰਤੀ ਹੈਗੀ। ਇਸ ਤੋਂ ਇਲਾਵਾ ਹੋਰ ਛੋਟੀਆਂ ਮੋਟੀਆਂ ਪੋਸਟਾਂ ਹੈਗੀਆਂ ਸੀ ਔਰ ਟੋਟਲ ਜਿਹੜੀ ਵੈਕੈਂਸੀ ਹੈਗੀ ਸੀ 1798 ਵੈਕੈਂਸੀ ਹੈਗੀ ਸੀ ਔਰ ਉਸਦਾ ਨੋਟੀਫਿਕੇਸ਼ਨ ਆਊਟ ਹੋਇਆ ਸੀ, ਇੱਕ ਵਾਰ ਉਸਦੀ ਡੇਟ ਪੋਸਟਪੋਨ ਕਰ ਦਿੱਤੀ ਗਈ ਸੀ। ਬਟ ਅੱਜ ਦੁਬਾਰਾ ਨੋਟੀਫਿਕੇਸ਼ਨ ਇਹਨਾਂ ਨੇ ਐਲਾਨ ਦਿੱਤਾ ਹੈਗਾ, ਦੇਖ ਸਕਦੇ ਅਖਬਾਰ ਨੂੰ, ਜਿਹਦੇ ਵਿੱਚ ਪਤਾ ਲੱਗ ਚੁੱਕਿਆ ਔਰ ਅਫੀਸ਼ੀਅਲ ਵੈਬਸਾਈਟ 'ਤੇ ਵੀ ਨੋਟੀਫਿਕੇਸ਼ਨ ਜਲਦੀ ਆ ਜਾਏਗਾ, ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਔਰ ਹੁਣ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਪੋਸਟ ਲਈ। ਦੇਖ ਸਕਦੇ ਤੁਸੀਂ ਜਿਹੜਾ 21/8/2019 ਦੀ ਜਿਹੜੀ ਲਗਾਤਾਰਤਾ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ CRA ਜਿਹੜਾ ਨੰਬਰ ਹੈਗਾ 293/19 ਔਰ 294/19, ਜਿਸਦੇ ਅਧੀਨ ਜਿਹੜੀਆਂ ਪੋਸਟ ਆਈਆਂ ਸੀ, ਅਸਾਮੀਆਂ ਦੀ ਭਰਤੀ ਕੀਤੀ ਗਈ ਸੀ ਔਰ 1000 ਕਲਰਕ ਸੀ ਔਰ 500 JE ਦੀ ਭਰਤੀ ਸੀ। ਇਸ ਤੋਂ ਇਲਾਵਾ ਛੋਟੀਆਂ ਮੋਟੀਆਂ ਪੋਸਟਾਂ ਹੋਰ ਸੀਗੀਆਂ, ਜਿਹੜਾ ਟੋਟਲ ਪੋਸਟ ਆਈ ਸੀ 1798, ਠੀਕ ਹੈ। ਉਸ ਪੋਸਟ ਦਾ ਜਿਹੜਾ ਔਨਲਾਈਨ ਬਿਨੈ ਪੱਤਰ ਜਿਹੜਾ ਸ਼ੁਰੂਆਤ ਕਰ ਦਿੱਤੀ ਗਈ ਔਰ 5/9/2019 ਲਗਭਗ ਕੱਲ੍ਹ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ਔਨਲਾਈਨ, ਠੀਕ ਹੈ। ਤਾਂ ਔਨਲਾਈਨ ਬਿਨੈ ਪੱਤਰ ਕਰਨ ਦੀ ਜਿਹੜੀ ਅੰਤਿਮ ਮਿਤੀ ਕੀ ਰਹੇਗੀ, 1/10/2019 ਰਹੇਗੀ, ਲਗਭਗ 1 ਅਗਸਤ ਤੱਕ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ। ਤੁਹਾਡੇ ਕੋਲ ਅੱਜ ਤੋਂ ਜਿਹੜੇ 25 ਦਿਨ ਹੋਣਗੇ ਔਨਲਾਈਨ ਫੀਸ ਪ੍ਰਾਪਤ ਕਰਨ ਲਈ, ਜਿਹੜੀ ਅੰਤਿਮ ਮਿਤੀ ਹੋ ਗਈ 4 ਤਰੀਕ, ਠੀਕ ਹੈ। ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈਗੀ ਹੈ, ਇਸ 'ਤੇ ਜਿਹੜੀ ਜਾਣਕਾਰੀ ਹੋਰ ਜ਼ਿਆਦਾ ਲੈ ਸਕਦੇ ਹੋ। ਉਪਰੋਕਤ ਭਰਤੀ ਸੰਬੰਧੀ ਵਧੇਰੇ ਜਾਣਕਾਰੀ ਅਪਡੇਟਸ ਜਿਹੜੇ ਹੈਗੇ ਆ ਉਮੀਦਵਾਰਾਂ ਨੂੰ ਇਹਨਾਂ ਦੀ ਵੈਬਸਾਈਟ 'ਤੇ ਹੀ ਪਤਾ ਚੱਲੇਗਾ। ਔਰ ਦੇਖ ਸਕਦੇ ਹੋ 3 ਤਰੀਕ ਦਾ ਇਹ ਜਿਹੜਾ ਅਖਬਾਰ ਦੇ ਵਿੱਚ ਨਿਊਜ਼ ਆ ਚੁੱਕੀ ਹੈ ਔਰ ਅਫੀਸ਼ੀਅਲ ਵੈਬਸਾਈਟ 'ਤੇ ਵੀ ਇਹਨਾਂ ਦਾ ਨੋਟੀਫਿਕੇਸ਼ਨ ਮਿਲ ਜਾਏਗਾ। ਤੁਹਾਨੂੰ ਜਲਦੀ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ ਹੁਣ ਇਸ ਵੀਡੀਓ ਲਈ, ਔਰ ਇਸ ਵਿੱਚ ਕੁਆਲੀਫਿਕੇਸ਼ਨ ਕੀ ਰਹੇਗੀ ਔਰ ਫੀਸ ਕੀ ਰਹੇਗੀ, ਸਾਰਾ ਕੌਣ ਕੌਣ ਅਪਲਾਈ ਕਰ ਸਕਦਾ, ਐਲੀਜੀਬਿਲਟੀ ਕੀ ਹੈਗੀ ਹੈ, ਜਲਦ ਇੱਕ ਨੋਟੀਫਿਕੇਸ਼ਨ ਜਦੋਂ ਵੀ ਆਏਗਾ ਤੁਹਾਡੇ ਲਈ ਕੁਝ ਹੀ ਟਾਈਮ ਦੇ ਵਿੱਚ, ਕੁਝ ਹੀ ਘੰਟਿਆਂ ਦੇ ਵਿੱਚ ਵਾਪਸ ਲੈ ਕੇ ਆਵਾਂਗੇ ਵੀਡੀਓ। ਔਰ ਇਸ ਤੋਂ ਇਲਾਵਾ ਤੁਹਾਨੂੰ ਪਹਿਲਾਂ ਹੀ ਅਸੀਂ ਮੋਟੀਵੇਸ਼ਨ ਕਰ ਰਹੇ ਸੀ ਔਰ ਮੋਟੀਵੇਸ਼ਨ ਦੇ ਰਹੇ ਸੀ ਕਿ ਕੰਪਿਊਟਰ ਅਤੇ ਪੰਜਾਬ GK ਔਰ ਕਰੰਟ ਅਫੇਅਰ, ਜਿਸਦੇ ਲੈਕਚਰ ਅਸੀਂ ਪਹਿਲਾਂ ਹੀ ਅਪਲੋਡ ਕਰ ਚੁੱਕੇ ਹਾਂ ਔਰ ਕਰੰਟ ਅਫੇਅਰ ਦਾ ਇੱਕ ਲੈਕਚਰ ਅਪਲੋਡ ਕੀਤਾ ਸੀ ਔਰ ਉਸ ਤੋਂ ਬਾਅਦ ਅਸੀਂ ਪੋਸਟਪੋਨ ਡੇਟ ਦੇ ਕਾਰਨ ਜਿਹੜਾ ਉੱਥੇ ਰੋਕ ਦਿੱਤਾ ਸੀ, ਪਰ ਕੰਪਿਊਟਰ ਦੇ ਫਿਰ ਵੀ ਲੈਕਚਰ ਅਸੀਂ ਕੰਟੀਨਿਊ ਚਲਾ ਰੱਖੇ ਔਰ 6 ਲੈਕਚਰ ਬਣ ਚੁੱਕੇ ਔਰ 7th-8th ਲੈਕਚਰ ਕੰਟੀਨਿਊ ਚੱਲਣਗੇ ਔਰ ਅੱਜ ਤੋਂ ਹੀ। ਇਸ ਤੋਂ ਇਲਾਵਾ ਰੀਜ਼ਨਿੰਗ ਔਰ ਮੈਥੇਮੈਟਿਕਸ ਦੀ ਜਿਹੜੀ ਬੈਸਟ ਤਿਆਰੀ ਔਰ ਬੈਸਟ ਸਟੱਡੀ ਮਟੀਰੀਅਲ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇਗਾ ਔਰ ਚੈਨਲ ਨਾਲ ਜੁੜੇ ਰਹੋ। ਸਟਾਰਟ ਕਰਾਂਗੇ ਅੱਜ ਤੋਂ ਹੀ ਕੰਪਿਊਟਰ GK ਔਰ ਪੰਜਾਬ GK ਹੈਗੀ ਔਰ ਕੰਪਿਊਟਰ ਦੀ ਐਬਰੀਵੇਸ਼ਨ ਜਿਹੜੀ ਤੁਹਾਨੂੰ ਕਰਾਈ ਜਾ ਰਹੀ ਹੈ ਔਰ ਕੰਪਿਊਟਰ ਐਬਰੀਵੇਸ਼ਨ ਦਾ ਜਲਦ ਹੀ ਜਿਹੜਾ PDF ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਔਰ PDF ਤੁਹਾਨੂੰ ਸਿਰਫ 10 ਰੁਪੀਸ ਦੇ ਵਿੱਚ ਦਿੱਤਾ ਜਾਏਗਾ ਔਰ ਜਿਸ ਦੇ ਵਿੱਚ 300 ਐਬਰੀਵੇਸ਼ਨ ਹੋਣਗੀਆਂ, ਇੱਕ ਵੀ ਐਬਰੀਵੇਸ਼ਨ ਤੁਹਾਡੀ ਮਿਸ ਨਹੀਂ ਹੋਏਗੀ, ਠੀਕ ਹੈ ਜੀ। ਆ ਸਕੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਇਸ ਤੋਂ ਇਲਾਵਾ ਮਾਸਟਰ ਗੇਟ ਦੀ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ, ਪੰਜਾਬੀ ਮਾਸਟਰ ਗੇਟ ਦੀ, ਉਸ ਦੇ 5000 ਕੁਐਸਚਨ ਦਾ ਜਿਹੜੀ ਸੀਰੀਜ਼ ਲੈਕਚਰ ਮੁਤਾਬਕ ਚਲਾ ਦਿੱਤੀ ਗਈ ਹੈ ਔਰ ਉਹ 5000 ਕੁਐਸਚਨ ਔਰ 1 ਲੈਕਚਰ ਅਸੀਂ ਲੈ ਕੇ ਅਪਲੋਡ ਕਰ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਹਰ ਰੋਜ਼ ਉਸ ਲੈਕਚਰ ਦੇ ਤੁਹਾਨੂੰ 10 ਕੁਐਸਚਨ ਜਿਹੜੇ ਤੁਹਾਨੂੰ ਹਰ ਰੋਜ਼ ਮਿਲਣਗੇ ਔਰ ਉਸਦਾ ਵੀ PDF ਤੁਹਾਨੂੰ ਮੁਹੱਈਆ ਕਰਵਾਇਆ ਜਾਏਗਾ ਔਰ ਸਮਾਲ ਕਹਿ ਸਕਦੇ ਹਾਂ ਆਪਾਂ, ਸਮਾਲ ਬਹੁਤ ਹੀ ਘੱਟ ਜਿਹੜੀ ਤੁਹਾਨੂੰ ਕੋਸਟ 'ਤੇ ਹੋਏਗਾ, ਠੀਕ ਹੈ। ਤੁਸੀਂ ਚੈਨਲ ਨਾਲ ਜੁੜ ਸਕਦੇ ਹੋ ਔਰ ਆਪਣੀ ਬੈਸਟ ਤਿਆਰੀ ਕਰ ਸਕਦੇ ਹੋ ਹਰ ਇੱਕ ਗੌਰਮੈਂਟ ਐਗਜ਼ਾਮ ਦੀ, ਠੀਕ ਹੈ ਜੀ। ਥੈਂਕ ਯੂ ਸੋ ਮਚ, ਟੇਕ ਕੇਅਰ, ਮਿਲਦੇ ਇੱਕ ਹੋਰ ਨਾ ਵੀਡੀਓ ਦੇਖੋ।